ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈਲ ਦਾ ਬਟਨ ਦਬਾਓ। ਇੱਕ ਹੋਰ ਨੌਜਵਾਨ ਚੜਿਆ ਨਸ਼ੇ ਦੀ ਭੇਟ, ਜਿੱਥੇ ਕਿ ਹਲਕਾ ਖੇਮਕਰਨ ਬਾਰਡਰ ਬੈਲਟ ਏਰੀਆ ਹੋਣ ਕਰਕੇ ਨਸ਼ਿਆਂ ਦਾ ਗੜ੍ਹ ਮੰਨਿਆ ਜਾ ਰਿਹਾ ਹੈ। ਉੱਥੇ ਇਸ ਹਲਕੇ ਵਿੱਚ ਆਏ ਦਿਨ ਕੋਈ ਨਾ ਕੋਈ ਨੌਜਵਾਨ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ, ਪਰੰਤੂ ਪ੍ਰਸ਼ਾਸਨ ਵੱਲੋਂ ਆਪਣੀ ਵਾਹ ਵਾਹ ਖੱਟਣ ਲਈ ਪਿੰਡਾਂ ਵਿੱਚ ਲੋਕਾਂ ਨਾਲ ਪਬਲਿਕ ਮੀਟਿੰਗਾਂ ਕਰਕੇ ਖਾਨਾਪੂਰਤੀ ਹੀ ਕੀਤੀ ਜਾਂਦੀ ਹੈ। ਜਦੋਂ ਕਿ ਕਿਸੇ ਮਾਂ ਦਾ ਲਾਲ ਨਸ਼ਿਆਂ ਦੀ ਦੈਤ ਦੀ ਬੁੱਕਲ ਵਿੱਚ ਸੌਂ ਜਾਂਦਾ ਹੈ ਤਾਂ ਪੁਲਿਸ ਵੱਲੋਂ ਇਸ 'ਤੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾਂਦੀ ਅਤੇ ਖਾਨਾਪੂਰਤੀ ਲਈ 174 ਦੀ ਕਾਰਵਾਈ ਕਰਕੇ ਲੋਕਾਂ ਦੇ ਅੱਖਾਂ ਵਿੱਚ ਘੱਟਾ ਪਾਇਆ ਜਾਂਦਾ ਹੈ। ਇਸ ਤਰ੍ਹਾਂ ਦਾ ਹੀ ਇੱਕ ਅਜਿਹਾ ਮਾਮਲਾ ਪਿੰਡ ਮਾੜੀ ਮੇਗਾ ਵਿਖੇ ਵੇਖਣ ਵਿੱਚ ਆਇਆ, ਜਿੱਥੇ ਇੱਕ 19 ਸਾਲਾ ਨੌਜਵਾਨ ਸਰੂਪ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਪਿੰਡ ਮਾੜੀ ਉਦੋਕੇ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ। ਉੱਧਰ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਸਰੂਪ ਸਿੰਘ ਕੱਲ੍ਹ ਘਰੋਂ ਮੇਲਾ ਵੇਖਣ ਗਿਆ ਸੀ, ਪਰੰਤੂ ਘਰ ਵਾਪਸ ਨਹੀਂ ਪਰਤਿਆ ਅਤੇ ਅੱਜ ਸਵੇਰ ਤੜਕਸਾਰ ਹੀ ਪਤਾ ਲੱਗਿਆ ਕਿ ਨੌਜਵਾਨ ਸਰੂਪ ਸਿੰਘ ਦੀ ਨਸ਼ੇ ਦਾ ਟੀਕਾ ਲਾਉਣ ਨਾਲ ਮੌਤ ਹੋ ਗਈ ਹੈ। ਉੱਧਰ ਦੂਜੇ ਪਾਸੇ ਮੌਕੇ 'ਤੇ ਪੁੱਜੀ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈਂਦਿਆਂ ਪੋਸਟਮਾਰਟਮ ਕਰਾਉਣ ਲਈ ਸਿਵਲ ਹਸਪਤਾਲ ਪੱਟੀ ਵਿਖੇ ਭੇਜ ਦਿੱਤਾ ਹੈ ਅਤੇ ਘਰ ਵਾਲਿਆਂ ਦੇ ਬਿਆਨ ਦਰਜ ਕਰ 174 ਦੀ ਕਾਰਵਾਈ ਕਰ ਦਿੱਤੀ ਹੈ। ਮੈਂ ਕਿਤਨਾ ਹੌਸਲਾ ਕਰੂੰਗੀ, ਮੈਂ ਮੈਨੂੰ ਕੁਛ ਨਹੀਂ ਦੀਦਾ। ਹਾਂਜੀ ਭੈਣ ਜੀ, ਕੀ ਗੱਲ ਹੋਈ ਹੈ? ਇਹਦਾ ਨਾਂ ਸਰੂਪ ਸਿੰਘ ਹੈ, ਸਾਨਾ ਮੁਖਤਾਰ ਸਿੰਘ ਆ, ਪਿੰਡ ਮਾੜੀ ਉਦੋਕੇ ਆ। ਇਹਦੀ ਉਮਰ ਤਕਰੀਬਨ 19 ਸਾਲ ਦੀ ਆ, 19 ਸਾਲ ਅਤੇ 9 ਮਹੀਨੇ, ਜਿਹੜੇ ਅੱਜ ਨਵਾਂ ਮਹੀਨਾ ਚੱਲਣ ਦਿਆ, 9 ਮਹੀਨੇ ਹੋ ਗਏ ਇਹਦੀ ਉਮਰ, ਹਰੇ 20 ਸਾਲ ਵਾਲੇ ਤੱਕ ਪੂਰਾ ਨਹੀਂ ਹੋਇਆ। ਅਤੇ ਕੀ ਇਹ ਮੇਰੇ ਸਾਲੇ ਦਾ ਲੜਕਾ ਜੀ? ਨੌਜਵਾਨ ਦੀ ਡੈਥ ਨਸ਼ੇ ਦੇ ਕਰਕੇ ਹੋਈ ਆ, ਜਿਹੜੀਆਂ ਸਾਡੀਆਂ ਸਰਕਾਰਾਂ ਡਿੰਗਾਂ ਮਾਰਦੀਆਂ ਕੈਪਟਨ ਸਾਹਿਬ, ਆਂਦਾ ਸੀ ਇੱਕ ਹਫ਼ਤੇ ਦੇ ਵਿੱਚ ਨਸ਼ਾ ਖਤਮ ਕਰ ਦੂੰਗਾ। ਅਜੇ ਤੱਕ ਕੋਈ ਨਸ਼ੇ ਦਾ ਖਤਮ ਨਹੀਂ ਹੋਇਆ, ਇਸ ਕਰਕੇ ਇਕੱਲਾ ਇਕੱਲਾ ਬੱਚਾ ਸੀ, 3 ਭੈਣਾਂ ਸੀ ਅਤੇ ਇਕੱਲਾ ਇਕੱਲਾ ਬੱਚਾ ਵਾ। ਇਹ ਸਵੇਰੇ ਅੱਜ ਸਾਨੂੰ ਤੜਕੇ ਪਤਾ ਲੱਗਾ, ਮੈਂ ਕੁਜਰਤੀ ਭਿੱਖੀ ਉੱਥੇ ਆਇਆ ਮਾੜੀ ਮੇਘੇ ਕੰਮ ਸੀ ਕਿਤੇ, ਮੈਂ ਜਦੋਂ ਆਈ ਉੱਥੇ ਪੁਲਿਸ ਵੀ ਇੱਥੇ ਆਈ ਸੀ ਘੇਰੇ ਕੋਈ, ਫਿਰ ਮੈਂ ਪਛਾਣ ਕੇ ਘਰ ਫੋਨ ਕੀਤਾ ਵੀ ਇਹ ਕਿੱਥੇ ਆ, ਨਾ ਇਹ ਕੱਲ੍ਹ ਦਾ ਗਿਆ ਇੱਥੇ ਮੇਲਾ ਦੇਖਣ ਅਤੇ ਅਜੇ ਤੱਕ ਆਇਆ ਨਹੀਂ ਗਾ। ਅਤੇ ਪਹਿਲਾਂ ਵੀ ਨਸ਼ਾ ਨੁਸ਼ਾ ਕਰਦਾ ਸੀਗਾ? ਹੁਣ ਪਤਾ ਹੀ ਨਹੀਂ ਜੀ ਘਰਦਿਆਂ ਨੂੰ, ਤਾਂ ਹਰੀ ਅੱਜ ਕੱਲ੍ਹ ਦਾ ਪਤਾ ਹੀ ਨਹੀਂ ਲੱਗਾ, ਪਤਾ ਹੀ ਉਦੋਂ ਲੱਗਦਾ ਜਦੋਂ ਬੱਚਾ ਟੀਕਾ ਲਾ ਕੇ ਪੂਰਾ ਆ ਜਾਂਦਾ ਵਾ। ਅਤੇ ਹੁਣ ਤੁਸੀਂ ਪ੍ਰਸ਼ਾਸਨ ਤੋਂ ਕੀ ਮੰਗ ਕਰ ਰਹੇ ਜੋ? ਅਸੀਂ ਤਾਂ ਆਉਂਦੇ ਹਾਂ ਵੀ ਜਿਹੜੀ ਨੌਜਵਾਨੀ ਸਾਡੀ ਪੀੜ੍ਹੀ ਆ ਇਹ ਗਰਕ ਹੁੰਦੀ ਜਾਂਦੀ ਆ, ਇਹਦੇ ਵਾਸਤੇ ਜਿਸ ਤਰ੍ਹਾਂ ਵੀ ਹੋ ਸਕਦਾ ਇਹ 'ਤੇ ਕੰਟਰੋਲ ਕਰਨ,
ਤਾਂ ਕਿ ਇਹਨਾਂ ਮੁੱਢ ਕੋਈ ਨਹੀਂ ਫੜਿਆ ਪ੍ਰਸ਼ਾਸਨ ਨੇ, ਪ੍ਰਸ਼ਾਸਨ ਸਿਰਫ ਵਾਲੀ ਚੁੱਕਣ ਦਿਆ ਵਾ, ਜਿਹੜੇ ਪੀਣ ਵਾਲੇ ਉਹਨਾਂ ਨੂੰ ਚੁੱਕਣ ਦਿਆ ਵਾ, ਧਨਾਟਾਂ ਹਾਲੇ ਕੋਈ ਨਹੀਂ ਹੋਣ ਦਿਆ। ਸਾਡੀ ਤਾਂ ਇਹੋ ਪ੍ਰਸ਼ਾਸਨ ਨੂੰ ਮੰਗ ਆ, ਹਾਲੇ ਹੋਰ ਸਾਰੇ ਕੰਮ ਛੱਡ ਕੇ ਸਭ ਤੋਂ ਪਹਿਲਾਂ ਜਿਹੜਾ ਨਸ਼ਾ ਵਾ ਇਹਨੂੰ ਮੁਕਤ ਹੋਣਾ ਚਾਹੀਦਾ ਵਾ। ਮਾੜੀ ਵਿਖੇ ਵਿਖੇ ਦਾਸਤਾ ਮੁੰਡੇ ਦੀ ਪਛਾਣ ਹੋਈ ਆ, ਸਰੂਪ ਸਿੰਘ ਪੁੱਤਰ ਮੁਖਤਿਆਰ ਸਿੰਘ ਮਾੜੀ ਉੱਤੋਂ ਕੇ। ਉਹ ਮੁੰਡੇ ਦੇ ਘਰ ਅਸੀਂ ਅੱਜ ਸੁਬਾਹ ਵੀ ਮਤਲਬ ਤੜਕੇ 4 ਵਜੇ ਕੈਸੋ ਬੋਲ ਰੰਗ ਰੇਡ ਕੀਤਾ ਸੀ, ਜਿਹਦੇ ਵਿੱਚ ਇਹ ਅਤੇ ਇਹਦੇ ਇੱਕ ਚਾਚੇ ਤਾਏ ਦਾ ਬੇਟਾ ਵਾ ਸੁੱਖਾ ਮੁੰਡਾ ਪੁੱਤਰ ਤਰਪੋਦਨ ਸਿੰਘ, ਉਹਨੂੰ ਲਿਆਂਦਾ ਸੀ ਅੱਜ, ਉਹਨੂੰ ਲਿਆਂਦਾ ਸੀ ਅਤੇ ਇਹਦਾ ਵੇਖਿਆ ਅਤੇ ਘਰ ਨਹੀਂ ਮਿਲਿਆ ਅਤੇ ਘਰ ਦਾ ਦੱਸਿਆ ਕਿ ਘਰ ਨਹੀਂ ਆਇਆ। ਅੱਜ ਤੋਂ 15 ਦਿਨ ਪਹਿਲਾਂ ਵੀ ਅਸੀਂ ਮਤਲਬ ਕੈਸੋ ਕੀਤਾ ਸੀ ਮਾੜੀ ਉਦੋਂ ਕਿ ਉਦੋਂ ਵੀ ਇਹਨਾਂ ਦੋ ਮੁੰਡੇ ਦੇ ਘਰ ਅਸੀਂ ਰੇਡ ਕੀਤੇ ਕਿ ਇਹਦਾ ਦੇਖਣ ਬਾਰੇ ਸਟੇਟਸ ਕੀ ਇਹ ਨਸ਼ੇ ਕਰਦੇ ਜਾਂ ਕਿਵੇਂ ਆ। ਉਹਦੇ 'ਚ ਇਹ ਘਰ ਦਾ ਦੱਸਿਆ ਸੀ ਕਿ ਇਹਨਾਂ ਦੀ ਦਵਾਈ ਚੱਲ ਰਹੀ ਹੈ ਕਿ ਦੋਵੇਂ ਮੁੰਡੇ ਦੱਸਦੇ ਆ, ਉਦੋਂ ਵੀ ਘਰ ਨਹੀਂ ਮਿਲੇ। ਚਲੋ ਅੱਜ ਫਿਰ ਗਏ ਪਤਾ ਲੱਗਾ ਇਹਦਾ, ਫਿਰ ਹੁਣ ਲੈ ਕੇ ਲਾਸ਼ ਕਬਜ਼ੇ 'ਤੇ ਦਫ਼ਤਰ ਭੇਜੀ ਹੈ, ਪੋਸਟਮਾਰਟਮ ਕਰ ਰਹੇ ਹਾਂ, ਜੋ ਵੀ ਇਲਾਜ ਤੋਂ ਬਾਅਦ ਜੋ ਵੀ ਅੱਗੇ ਬਣਦੀ ਕਾਰਵਾਈ ਕਰਾਂਗੇ। ਨਹੀਂ ਸਰ, ਤੁਸੀਂ ਮੌਕੇ 'ਤੇ ਗਏ ਸੀਗੇ ਅਤੇ ਉੱਥੋਂ ਕੋਈ ਟੀਕੇ ਵਗੈਰਾ ਦੀ ਬਰਾਮਦਗੀ ਹੋਈ ਹੈ? ਮੌਕੇ 'ਤੇ ਗਏ ਸੀ, ਉੱਥੋਂ ਜੋ ਵੀ ਮਿਲਿਆ ਸਾਰਾ ਸਮਾਨ ਹੈ। ਠੀਕ ਸਰ। ਸਬਸਕ੍ਰਾਈਬ ਕਰੋ ਨਿਡਰ ਆਵਾਜ਼ ਟੀਵੀ ਨੂੰ ਅਤੇ ਤਾਜ਼ਾ ਵੀਡੀਓਜ਼ ਪਾਉਣ ਲਈ ਬੈੱਲ ਦਾ ਬਟਨ ਦਬਾਓ।